ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈਕ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਜੋ ਵਿਸ਼ਾ ਇਸ ਨੂੰ ਸੁਣਨ ਤੋਂ ਬਾਅਦ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਕਦੇ ਕਿਸੇ ਚੀਜ਼ ਦੀ ਤੁਹਾਨੂੰ ਤੋਟ ਵੀ ਨਹੀਂ ਆਵੇਗੀ ਪਰ ਉਸ ਤੋਂ ਪਹਿਲਾਂ ਸਾਰਿਆਂ ਅਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਫਿਰ ਆਓ ਜਾਣਦੇ ਹਾਂ ਇਜ਼ਰਾਈਲ ਦੇਸ਼ ਦੇ ਅੰਦਰ ਨਾ ਦੋ ਝੀਲਾਂ ਵੈਂਦੀਆਂ ਨੇ ਉੱਥੇ ਨਾ ਉਹ ਬੜੀਆਂ ਮਸ਼ਹੂਰ ਵੀ ਨੇ ਇੱਕ ਦਾ ਨਾਮ ਉਹਨਾਂ ਡੈਡ ਸੀ ਰੱਖਿਆ ਤੇ ਦੂਜੇ ਦਾ ਨਾਮ ਸੀ ਆਫ ਗਲੈਲੀ ਰੱਖਿਆ ਦੋਵੇਂ ਬੜੀਆਂ ਮਸ਼ਹੂਰ ਨੇ ਇਹਨਾਂ ਦੋਹਾਂ ਦਾ ਪਾਣੀ ਪਾਣੀ ਨਾ ਇੱਕੋ ਥਾਂ ਤੇ ਆਉਂਦਾ ਤੇ ਉਹ ਥਾਂ ਦਾ ਨਾਮ ਹੈ ਜੋਰਡਨ ਦੋਂ ਮਾਂ ਵਿੱਚ ਪਾਣੀ ਇਕੋ ਥਾਂ ਹੁੰਦਾ ਪਰ ਜੋ ਪਹਿਲੀ ਲੇਕ ਹੈ ਭਾ ਪਹਿਲੀ ਝੀਲ ਹੈ ਜਿਹਨੂੰ ਉਹਨਾਂ ਨਾਮ ਦਿੱਤਾ ਹੈ ਡੈਡ ਸੀ ਉਸ ਦਾ ਜੋ ਪਾਣੀ ਹੈ ਨਾ ਉਹ 30 ਤੋਂ 35% ਖਾਰ ਹੈ ਪਰ ਪਾਣੀ ਤਾਂ ਇਕੋ ਥਾਂ ਆ ਰਿਹਾ ਤੇ ਦੂਜੇ ਪਾਸੇ ਜਿਹੜੀ ਵਧੀਆ ਹੈ ਜਿਹੜੀ ਦੂਸਰੀ ਝੀਲ ਹੈ ਕਹਿੰਦੇ ਉਹਦਾ ਪਾਣੀ ਪੀਣ ਯੋਗ ਹੈ ਡੈਡ ਸੀ ਦੇ ਅੰਦਰ ਕਹਿੰਦੇ ਕੁਝ ਵੀ ਨਹੀਂ ਉਗਦਾ ਨਾ ਹੀ ਕੋਈ ਉਹਦੇ ਅੰਦਰ ਜੀਵ ਹੈ ਨਾ ਕੋਈ ਮੱਛੀ ਹੈ ਨਾ ਕੋਈ ਰੁੱਖ ਪੌਦਾ ਬੂਟਾ ਹੋਰ ਕੋਈ ਚੀਜ਼ ਵੀ ਨਹੀਂ ਹੈਗੀ ਦੂਜੇ ਪਾਸੇ ਜਿਹੜਾ ਗਲੈਲੀਏ ਕਹਿੰਦੇ ਇਹਦੇ ਵਿੱਚ ਵਾਧੂ ਜੀ ਨੇ ਵਾਧੂ ਬੂਟੇ ਨੇ ਵਾਧੂ ਰੁੱਖ ਨੇ ਤੇ ਕਈ ਚੀਜ਼ਾਂ ਦਾ ਵਿੱਚ ਜਿਹੜਾ ਨਿਵਾਸ ਸਥਾਨ ਵੀ ਹੈ ਉੱਥੋਂ ਦੇ ਲੋਕਾਂ ਦਾ ਮੰਨਣਾ ਹੈ ਕਿ ਇੱਕ ਛੀਲ ਆਪਣਾ ਪਾਣੀ ਕਿਸੇ ਨੂੰ ਨਹੀਂ ਦਿੰਦੀ ਪਾਉ ਉਹ ਆਪਣੇ ਅੰਦਰ ਹੀ ਰੋਕ ਕੇ ਰੱਖਦੀ ਪਾਣੀ ਆਉਂਦਾ ਇੱਕੋ ਜਗ੍ਹਾ ਉਹ ਇਕੱਠਾ ਕਰ ਹੀ ਆਉਂਦੀ ਦੂਜਾ ਜਿਹੜਾ ਪਾਣੀ ਹੈ ਉਹ ਜਿਹੜੀ ਝੀਲ ਹੈ ਉਹ ਪਾਣੀ ਆਉਂਦਾ ਉਹ ਅੱਗੇ ਵੱਧਦਾ ਜਾਂਦਾ ਉਹ ਕੁਝ ਨਾ ਕੁਝ ਵੰਡਦੀ ਰਹਿੰਦੀ ਇਸੇ ਤਰ੍ਹਾਂ ਆਪਣਾ ਜੀਵਨ ਇੱਕ ਡੈੱਡ ਸੀ ਵਰਗਾ ਤੇ ਇੱਕ ਜਿਹੜਾ ਹੈ ਗਲੇਲੀ ਵਰਗਾ ਇੱਕ ਜੀਵਨ ਹੈ ਜਿਸ ਵਿੱਚੋਂ ਕਦੇ ਕੁਝ ਨਹੀਂ ਵੰਡਿਆ ਗਿਆ ਅਸੀਂ ਰਲ ਮਿਲ ਖਾਣ ਦੀ ਆਦਤ ਹੀ ਨਹੀਂ ਜਿੱਥੇ ਵੰਡਣ ਦੀ ਗੱਲ ਹੋਵੇ ਉੱਥੇ ਸਿਰਫ ਇਹ ਨਹੀਂ ਵੀ ਧੰਦੌਲ ਦੀ ਗੱਲ ਹੋਉਂਦੀ ਜਿਸ ਪਿੱਛੇ ਸਾਡਾ ਕੋਈ ਪੈਸਾ ਨਹੀਂ ਲੱਗਦਾ ਜੇ ਕੋਈ ਸਾਡੇ ਨਾਲ ਗਲੀ ਚ ਆਪਾਂਗੇ ਹੱਸ ਕੇ ਕੋਈ ਬੋਲ ਪਿਆ ਅੱਗੋਂ ਅਸੀਂ ਵੀ ਹੱਸ ਕੇ ਬੋਲ ਪੀ ਤਾਂ ਸਾਡਾ ਕੁਝ ਗਿਆ ਆਪਣਾ ਕੁਝ ਖਰਚ ਹੋਇਆ ਨਹੀਂ ਨਾ ਅਗਲੇ ਨੂੰ ਵੀ ਬਧੀਆਂ ਲੱਗਾ ਪਰ ਆਪਾਂ ਵੇਖਿਆ ਹੋਣਾ ਕਈ ਜਣੇ ਐਵੇਂ ਦੇ ਹੁੰਦੇ ਨੇ ਆਪਾਂ ਜਾਣਦੇ ਹੋਵਾਂਗੇ ਸਾਸਤਰੀ ਕਾਲ ਬਲਾਵਾਂਗੇ ਤਾਂ ਅੱਗੋਂ ਜਵਾਬ ਹੀ ਨਹੀਂ ਦਿੰਦੇ ਐਨਾ ਰੁੱਖਾਪਨ ਇਹ ਦੱਸੋ ਆਪਣੇ ਸਮਾਜ ਵਿੱਚ ਕੀ ਵੰਡਣਗੇ ਜਿੰਨਾਂ ਕੋਲ ਫਤਿਹ ਬਲਾਉਣ ਤੇ ਮੁਸਕਰਾਉਣ ਦਾ ਵੀ ਸਮਾਂ ਨਹੀਂ ਹੈ ਉਹਨਾਂ ਦੇ ਸਾਥ ਤੇ ਚੱਲਦੇ ਨੇ ਪਰ ਉਹਨਾਂ ਕੋਲ ਜ਼ਿੰਦਗੀ ਹੈ ਨਹੀਂ ਜੇ ਆਪਾਂ ਇੰਨਾ ਵੀ ਨਹੀਂ ਕਰ ਸਕਤੇ ਤਾਂ ਦੱਸੋ ਫਿਰ ਇਸ ਤੇ ਕਿਹੜੇ ਮਨੁੱਖਾ ਪੈਸੇ ਲੱਗਦੇ ਵੰਡਣ ਦਾ ਭਾਵ ਇਹ ਨਹੀਂ ਵੀ ਤੁਹਾਡੇ ਕੋਲ ਪੈਸਾ ਹੋਵੇ ਤੁਸੀਂ ਤਾਂ ਹੀ ਵੰਡ ਸਕਦੇ ਜੇ ਆਪਾਂ ਕਿਸੇ ਨਾਲ ਹੱਸ ਕੇ ਦੋ ਪਿਆਰ ਦੇ ਬੋਲ ਬੋਲਦਿਆਂ ਨਾ ਤਾਂ ਅਗਲੇ ਦਾ ਦੁੱਖ ਘਟ ਜਾਂਦਾ ਕਿਸੇ ਬਿਰਦ ਕੋਲ ਬੈਠ ਉਸ ਦੀਆਂ ਗੱਲਾਂ ਸੁਣ ਕੇ ਉਹਦੇ ਨਾਲ ਗੱਲਾਂ ਕਰੋ ਅਗਲੇ ਦਾ ਬੋਝ ਉਤਰ ਜਾਂਦਾ ਪਰ ਜੇ ਸਾਡੀ ਜ਼ਿੰਦਗੀ ਵਿੱਚ ਉਹ ਝੀਲ ਵਾਂਗ ਹੋਵੇ ਜੋ ਡੈੱਡ ਸੀ ਵਾਂਗ ਫਿਰ ਉਹੀ ਦੇਵੇਗੀ ਕਿ ਕੀ ਜੀ ਆਪ ਵੀ ਮਰੇ ਪਿਆ ਅਗਲੇ ਨੂੰ ਕੀ ਦੇਵਾਂਗੇ ਪਰ ਇੱਥੇ ਵੰਡ ਕੇ ਖਾਣ ਵਾਲੀ ਆਦਤ ਕਿੱਥੋਂ ਆਈ ਪਰ ਦੂਜੇ ਪਾਸੇ ਕੁਝ ਤਾਂ ਜੀਵਨ ਸੀ ਆਫ ਗਲੈਲੀ ਵਰਗੇ ਉਹ ਸਭ ਕੁਝ ਵੰਡਦਾ ਤੁਸੀਂ ਜਿੰਨਾ ਵੰਡੋਗੇ ਓਨਾ ਮਿਲੇਗਾ ਇਹ ਕੁਦਰਤ ਦਾ ਨਿਯਮ ਹੈ ਜੋ ਦਵੋਗੇ ਉਹ ਉਹ ਨਾ ਮੁੜ ਵਾਪਸ ਤੁਹਾਨੂੰ ਜ਼ਰੂਰ ਮਿਲਦਾ ਆਪਾਂ ਜ਼ਮੀਨ ਤੇ ਇੱਕ ਬੀਬੀ ਨੇ ਇੱਕ ਕੋਈ ਰੁੱਖ ਦਾ ਕੋਈ ਵੀ ਇੱਕ ਬੀ ਲਿਆ ਤੇ ਧਰਤੀ ਚ ਦਬ ਦਿੱਤਾ ਉਹ ਵਾਪਸ ਕਿੰਨੇ ਬੀ ਆਪਾਂ ਨੂੰ ਦੇਂਦਾ ਕਿੰਨੇ ਫਲ ਲੱਗਦੇ ਆਪਾਂ ਪਹਿਲਾਂ ਦਿੱਤਾ ਉਹਨੇ ਇਸ ਲਈ ਸਾਨੂੰ ਵਾਪਸ ਦਿੱਤਾ ਤੇ ਜੋ ਸਾਡੇ ਵਿੱਚੋਂ ਵੰਡਣੀ ਚਾਹਦਾ ਉਹਨੂੰ ਸਮਝੋ ਆਪਣੇ ਹੱਥ ਵਿੱਚ ਰੇਤ ਭਰੀ ਉਹਨੇ ਰੇਤ ਨਾਲ ਮੁਠੀ ਜਿਵੇਂ ਆਪਾਂ ਭਰ ਕੇ ਉਹਨੂੰ ਕੱਸ ਕੇ ਰੱਖਦੇ ਆ ਉਹ ਜਿੰਨਾ ਕਸਾਂਗੇ ਰੇਤਾ ਵਗਦਾ ਜਾਵੇਗਾ ਤੇ ਆਖਿਰ ਨੂੰ ਪਿੱਛੇ ਕੁਝ ਨਹੀਂ ਬਚੇਗਾ ਤੇ ਜੋ ਇਸ ਨੂੰ ਨਹੀਂ ਸਮਝਦੇ ਉਹਨਾਂ ਦੀ ਜ਼ਿੰਦਗੀ ਡੈਡ ਸੀ ਵਾਂਗ ਹੈ ਆਪਾਂ ਦੇਖਦੇ ਆਪਾਂ ਕਿਵੇਂ ਦੀ ਜ਼ਿੰਦਗੀ ਜਿਉਣਾ ਚਾਹੁੰਦੇ ਹਾਂ ਸਿਰਫ ਇਕੱਲੇ ਸਾਹ ਚੱਲਣ ਅਸਲ ਰੂਪ ਵਿੱਚ ਜ਼ਿੰਦਗੀ ਨੂੰ ਅਸੀਂ ਜਿਉਈਏ ਐਵੇਂ ਦਾ ਜੀਵਨ ਹੋਣਾ ਚਾਹੀਦਾ ਉਹ ਗੱਲਾਂ ਕਿਹੜੀਆਂ ਸਾਡੇ ਸਾਰੇ ਦੀ ਜ਼ਿੰਦਗੀ ਵਿੱਚ ਇੱਕ ਵਾਰੀ ਪਰਚੋਲ ਕਰੋ ਜੇ ਤੁਹਾਡੀ ਜ਼ਿੰਦਗੀ ਵਿੱਚ ਇਹ ਹੈ ਨੇ ਨਾ ਤਾਂ ਗੱਲ ਸੋਚਣ ਵਾਲੀ ਪਹਿਲੀ ਪਤਾ ਕੀ ਵਿਚਰਤਰ ਨੂੰ ਉੱਚਾ ਚੁੱਕਣਾ ਦੂਜਾ ਆਪਣੇ ਗੁਣਾਂ ਨੂੰ ਹੀ ਨਿਵਰਤਨ ਤੀਜਾ ਜ਼ਿੰਮੇਵਾਰੀ ਨਿਭਾਉਣ ਵਿੱਚ ਹਮੇਸ਼ਾ ਅਣਗਹਿਲੀ ਕਰਨਾ ਆਪਣੇ ਵਿਕਾਰਾਂ ਨੂੰ ਦੂਰ ਕਰਨ ਵਿੱਚ ਅਣਗਹਿਲੀ ਕਰਨਾ ਇਹ ਗੱਲਾਂ ਸਾਨੂੰ ਸੋਚਣ ਪ੍ਰਤੀ ਮਜਬੂਰ ਕਰਦੀਆਂ ਰਹਿੰਦੀਆਂ ਜਿਵੇਂ ਆਪਾਂ ਆਚਰਣ ਦੀ ਉਸਾਰੀ ਵੱਲ ਨਹੀਂ ਦੇਖ ਰਹੇ ਤਾਂ ਇਹ ਬਹੁਤ ਵੱਡੀ ਚਿੰਤਾ ਦੀ ਗੱਲ ਹੈ ਜਦੋਂ ਆਪਾਂ ਗੁਰੂ ਕੋਲ ਜਾਂਦੇ ਸੁਣਦੇ ਆ ਬੋਲਦੇ ਆ ਜਪਦੇ ਆ ਤਾਂ ਗੁਰੂ ਕੋਲ ਆ ਮਨੁੱਖਾਂ ਆਪਣੇ ਆਚਰਣ ਕੀ ਤੋਂ ਉਸਾਰੀ ਕਰ ਰਹੇ ਜਦੋਂ ਗੁਰੂ ਘਰ ਜਾਈਦਾ ਮੱਥਾ ਟੇਕੀਦਾ ਬੈਠ ਕੇ ਕਥਾ ਸੁਣੀਦੀ ਕੀਰਤਨ ਸੁਣੀਦਾ ਕੁਝ ਸ਼ਬਦ ਕੰਨਾਂ 'ਚ ਪੈਂਦੇ ਨੇ ਕੁਝ ਘਰ ਜਾਣ ਤੱਕ ਯਾਦ ਰਹਿੰਦੇ ਨੇ ਕੁਝ ਤੇ ਅਮਲ ਕਰਦੇ ਆ ਤਾਂ ਉਹ ਕੀ ਕਰਦੇ ਪਿਆ ਆਪਣੇ ਆਚਰਣ ਦੀ ਉਸਾਰੀ ਕਰਦੇ ਪਿਆ ਆਪਣੇ ਅੰਦਰ ਚੰਗੇ ਗੁਣ ਭਰਦੇ ਪਿਆ ਆਪਣੇ ਆਪ ਨੂੰ ਵਧੀਆ ਮਨੁੱਖ ਬਣਾਉਣੇ ਪਿਆ ਆਪਾਂ ਗੁਣਾ ਨੂੰ ਇਕੱਠਾ ਕਰ ਕਰਨ ਲੱਗਿਆ ਬੜੀ ਅਣਗਹਿਲੀ ਕਰਦੇ ਜਦੋਂ ਆਪਾਂ ਕੋਈ ਚੀਜ਼ਾਂ ਆਪਣੇ ਅੰਦਰ ਭਰਦੇ ਆ ਤੇ ਬੜੀ ਅਣਗਹਿਲੀ ਕਰਦੇ ਜਿਵੇਂ ਕੋਈ ਸੰਦੂਕ 'ਚ ਆਪਾਂ ਸਮਾਨ ਭਰਦੇ ਆ ਤੇ ਉਹਨੂੰ ਵੇਖਦੇ ਨਹੀਂ ਭਰੀ ਜਾਂਦੇ ਆ ਭਰੀ ਜਾਂਦੇ ਆ ਉਮੀ ਆਪਣੇ ਆਪ ਅੰਦਰ ਗੁਣ ਭਰਨ ਲੱਗਿਆਂ ਵੀ ਅਣਗੈਲੀ ਕਰਦੇ। ਪਾਸ਼ਾ ਕਹਿੰਦੇ ਨੇ ਜਿੱਥੇ ਤੈਨੂੰ ਗੁਣ ਮਿਲਦਾ ਉੱਥੋਂ ਸਿੱਖ ਜਿੱਥੋਂ ਕੁਝ ਵੀ ਸਿੱਖਣ ਨੂੰ ਮਿਲਦਾ ਉੱਥੋਂ ਸਿੱਖ। ਸ਼ੁਕਰਾਂ ਤਾਂ ਜਦੋਂ ਆਖਰੀ ਸਮਾਂ ਸੀ ਨਾ ਵੀ ਉਹਨੂੰ ਕਹਿੰਦੇ ਫਾਂਸੀ ਤੇ ਲਟਕਾਉਣ ਲੱਗੇ ਸੀ। ਜਦੋਂ ਜ਼ਹਿਰ ਦੇਣਾ ਸੀ ਨਾ ਉਸ ਤੋਂ ਪਹਿਲਾਂ ਕਹਿੰਦਾ ਇੱਕ ਗਉਣ ਵਾਲੀ ਤੇ ਨੱਚਣ ਵਾਲੀ ਨੂੰ ਬੁਲਾਇਆ ਗਿਆ। ਉਹਨਾਂ ਨੇ ਨੱਚਣਾ ਸ਼ੁਰੂ ਕੀਤਾ। ਸ਼ੁਕਰਾਤ ਨੇ ਪੁੱਛਿਆ ਦੱਸ ਤੇਰੀ ਕੋਈ ਆਖਰੀ ਇੱਛਾ ਉਹਨੂੰ ਪੁੱਛਦੇ ਮੇਰੀ ਆਖਰੀ ਇੱਛਾ ਉਹ ਕਹਿੰਦਾ ਮੇਰੀ ਇੱਛਾ ਹੈ ਇਹ ਜੋ ਸਾਜ਼ ਵਜਾਉਂਦਾ ਪਿਆ ਨਾ ਭਾਈ ਇਹ ਬੜਾ ਸੋਹਣਾ ਵਜਾਉਂਦਾ ਮੈਂ ਸਿੱਖਣਾ ਚਾਹੁੰਦਾ ਉਹ ਸਭ ਹੈਰਾਨ ਵੀ ਹੁਣੇ ਤਾਂ ਇਹਨੇ ਮਰ ਜਾਣਾ ਥੋੜੇ ਸਮੇਂ ਬਾਅਦ ਇਹ ਫਿਰ ਵੀ ਸਿੱਖਣ ਦੀਆਂ ਗੱਲਾਂ ਕਰਦਾ ਪਿਆ ਤੇ ਜੇ ਆਪਾਂ ਸਿੱਖਣ ਵਿੱਚ ਅਣਗਹਿਲੀ ਕਰਦੇ ਤਾਂ ਉਹ ਚਿੰਤਾ ਦਾ ਇੱਕ ਵਿਸ਼ਾ ਸਿੱਖ ਦਾ ਭਾਵ ਹੀ ਹੁੰਦਾ ਹੈ ਹਰ ਸਮੇਂ ਸਿੱਖਦੇ ਰਹਿਣਾ ਆਖਰੀ ਸਵਾਸ ਤੱਕ ਸਿੱਖਦੇ ਰਹਿਣਾ ਜੇ ਆਪਣਾ ਸਿੱਖਣਾ ਬੰਦ ਕਰ ਦਿੱਤਾ ਨਾ ਤਾਂ ਆਪਣੇ ਸਮੇਂ ਤੋਂ ਪਹਿਲਾਂ ਆਪਾਂ ਬਜ਼ੁਰਗ ਹੋ ਗਏ। ਭਾਵੇਂ ਆਪਾਂ 20 ਸਾਲ ਦੇ ਆ ਨਾ ਸਿੱਖਣਾ ਬੰਦ ਕੀਤਾ ਤਾਂ ਆਪਾਂ ਬਜ਼ੁਰਗ ਹੋ ਗਏ। ਤੇ ਜੋ ਸਿੱਖਦਾ ਰਹਿੰਦਾ ਉਹ ਕਦੇ ਵੀ ਬਜ਼ੁਰਗ ਨਹੀਂ ਹੁੰਦਾ ਭਾਵੇਂ ਉਹ 60 65 ਸਾਲ ਦਾ ਹੋ ਗਿਆ। ਜੇ ਆਪਣਾ ਸਿੱਖਣਾ ਬੰਦ ਕਰ ਦਿੱਤਾ ਭਾਵੇਂ ਆਪਾਂ ਕਿਸੇ ਵੀ ਜਵਾਨ ਜਵਾਨ ਕਿਉ ਨਾ ਹੋਈ ਆਪਾਂ ਬਜ਼ੁਰਗਾਂ ਤੋਂ ਵੀ ਪੈੜੇ ਹੋ ਗਏ। ਜੇ ਅਸੀਂ ਸਿੱਖਦੇ ਨਹੀਂ ਕੁਝ ਤਾਂ ਵਿਕਾਸ ਹੋਣਾ ਨਹੀਂ ਫਿਰ। ਜਿਸ ਦਾ ਨਾਮ ਹੀ ਸਿੱਖ ਹੋਵੇ ਤੇ ਸਿੱਖਣ ਤੋਂ ਭੱਜਦਾ ਹੋਵੇ ਇਸ ਤੋਂ ਵੱਡਾ ਦੁੱਖ ਦਾ ਕਾਰਨ ਦੱਸੋ ਹੋਰ ਕੀ ਹੋ ਸਕਦਾ ਜੋ ਵਿਦਿਆਰਥੀ ਹੋਵੇ ਪਰ ਸਿੱਖਣਾ ਨਾ ਚਾਵੇ ਤਾਂ ਫਿਰ ਦੱਸੋ ਉਹ ਵਿਦਿਆਰਥੀ ਕਾਹਦਾ ਜਦੋਂ ਆਪਾਂ ਸਿੱਖਣ ਵਿੱਚ ਹਮੇਸ਼ਾ ਨਾਕੂਰ ਕਰਦੇ ਹਾਂ ਤਾਂ ਉਹ ਚਿੰਤਾ ਦਾ ਵਿਸ਼ਾ ਆਪਣੀ ਜ਼ਿੰਮੇਵਾਰੀ ਪੂਰੀ ਕਰਨ ਵਿੱਚ ਜਦੋਂ ਤੁਸੀਂ ਆਲਸ ਵਿਖਾਉ ਜੋ ਬੰਦਾ ਆਪਣੇ ਫਰਜ਼ ਨਹੀਂ ਸਮਝਦਾ ਉਹ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਨਹੀਂ ਕਰ ਸਕਦਾ ਆਪਾਂ ਜੀ ساری ਉਮਰ ਆਪਣੇ ਫਰਜ਼ਾਂ ਤੋਂ ਬਚਦੇ ਰਹਿੰਨੇ ਆਂ ਵੀ ਆ ਵੀ ਕੰਮ ਏਕ ਫਲਾਣਾ ਕਰਦੇ ਮੈਂ ਰਹਿਣ ਦਵਾ ਵੀ ਤੂੰ ਕਰਦੀ ਫਲਾਣਾ ਕਰਦੇ ਆਂ ਆਪਾਂ ਅਜੇ ਤੱਕ ਸਹਾਰਿਆਂ ਤੇ ਜਿਉਂਦੇ ਆਂ ਆਪਣੀ ਕੋਸ਼ਿਸ਼ ਹੁੰਦੀ ਐ ਸਾਡੇ ਨਾਲ ਕੁਝ ਵੀ ਗਲਤ ਹੋ ਜਾਏ ਤਾਂ ਆਪਾਂ ਗਲਤੀ ਹੋਰਾਂ ਦੇ ਸਿਰ ਤੇ ਪਾ ਦਿੰਨੇ ਆਂ ਵੀ ਇਹਦੇ ਮੱਥੇ ਮੜ ਦੋ ਆਪੇ ਕੰਮ ਸੋਚੇਗਾ ਅੱਜ ਕੱਲ੍ਹ ਪਤਾ ਸਮਾਂ ਕਿਵੇਂ ਦਾ ਹੋ ਗਿਆ ਵੀ ਜੇ ਬੰਦਾ ਨਹੀਂ ਨਾ ਲੱਭਦਾ ਤੇ ਮਸ਼ੀਨਾਂ ਤੇ ਸਾਰੀ ਗਲਤੀ ਮੜ ਦੋ ਜੇ ਕੋਈ ਦੁੱਖ ਮੁਸ਼ਕਿਲ ਜਾਂ ਮੁਸੀਬਤ ਆਉਂਦੀ ਐ ਆਪਾਂ ਖੁਦ ਹੀ ਬਚਾਏ ਦੂਜਿਆਂ ਨੂੰ ਦੋਸ਼ ਦੇਣ ਲੱਗ ਜਾਂਦੇ। ਕਈ ਵਾਰ ਆਪਾਂ ਰੱਬ ਨੂੰ ਵੀ ਜ਼ਿੰਮੇਵਾਰ ਠਹਿਰਾ ਦਿੰਦੇ ਆ ਵੀ ਰੱਬਾ ਤੇਰੇ ਕਰਕੇ ਹੋਇਆ। ਪਰ ਵੈਗਰੂ ਕਹਿੰਦੇ ਨੇ ਚੰਗਾ ਮਾੜਾ ਤੇਰੇ ਆਪਣੇ ਕੀਤੇ ਦਾ। ਤੂੰ ਖੋਦੈਸਤਾ ਜ਼ਿੰਮੇਵਾਰ ਕਿਉਂ ਨਹੀਂ ਬਣਦਾ? ਆਪਾਂ ਖੁਦ ਵੀ ਬੀਜ ਕੇ ਵੰਡਣ ਦੇ ਵੇਲੇ ਮੁੱਕਰ ਜਾਂਦੇ। ਜੋ ਮਨੁੱਖ ਆਪਣੇ ਫਰਜ਼ਾਂ ਤੋਂ ਭੱਜਦਾ ਉਹ ਜ਼ਿੰਦਗੀ ਵਿੱਚ ਕੁਝ ਨਹੀਂ ਕਰ ਸਕਦਾ। ਤੇ ਜਦੋਂ ਆਪਾਂ ਆਪਣੀਆਂ ਕਮੀਆਂ ਦੂਰ ਨਹੀਂ ਕਰ ਸਕਦੇ ਉਦੋਂ ਵੀ ਚਿੰਤਾ ਦੀ ਗੱਲ ਉਸ ਵਰਗਾ ਮਹਾਨ ਦੂਜਾ ਕੋਈ ਨਹੀਂ ਜੋ ਆਪਣੀਆਂ ਗਲਤੀਆਂ ਨੂੰ ਕਬੂਲ ਕਰੇ ਤੇ ਜੋ ਗਲਤੀ ਕਰ ਉਸ ਨੂੰ ਸੁਧਾਰਦਾ ਉਸ ਤੋਂ ਵੱਡਾ ਸਮਝਦਾਰ ਕੋਈ ਨਹੀਂ ਹੋ ਸਕਦਾ ਆਪਾਂ ਭੱਜਦੇ ਆਪਨੇ ਆਪ ਤੋਂ ਆਲਸ ਨੂੰ ਗੱਲ ਲਾ ਕੇ ਬੈਠੇ ਆਂ ਜ਼ਿੰਦਗੀ ਛੋਟੀਆਂ-ਛੋਟੀਆਂ ਗੱਲਾਂ ਦਾ ਮੇਲ ਜਿਹਨਾਂ ਛੋਟੀਆਂ-ਛੋਟੀਆਂ ਗੱਲਾਂ 'ਤੇ ਧਿਆਨ ਦਿੰਦਾ ਉਹ ਜ਼ਿੰਦਗੀ ਨੂੰ ਸਹੀ ਰੂਪ ਵਿੱਚ ਬਣਾਉਂਦਾ ਤੇ ਜੇ ਆਪਣੇ ਘਰ ਦਾ ਇੱਕ ਜੀ ਇੱਕ ਮੈਂਬਰ ਵੀ ਇਹਨਾਂ ਸਾਰੀਆਂ ਗੱਲਾਂ 'ਤੇ ਧਿਆਨ ਦੇਣ ਲੱਗ ਜਾਏ ਨਾ ਵੰਡਨ ਦੀ ਪ੍ਰਤੀਤ ਸ਼ੁਰੂ ਕਰ ਲੈ ਤੇ ਇਹ ਕੁਝ ਗੱਲਾਂ ਆਪਣੀ ਜ਼ਿੰਦਗੀ ਚ ਧਾਰ ਲੈ। ਬਾਕੀ ਟੱਬਰ ਨੂੰ ਉਹ ਵੇਖੇ ਆਪੇ ਕਰਨ ਲੱਗ ਜਾਂਦਾ ਹੈ। ਘਰ ਦਾ ਇੱਕ ਜੀ ਬਸ ਜੇ ਇਸ ਪਹਿਲ ਤੇ ਇਸ ਮੁਹਿੰਮ ਤੇ ਚੱਲ ਪੇ ਨਾ ਤੇ ਘਰ ਪਰਿਵਾਰ ਸਮਾਜ ਬਦਲਦਿਆਂ ਧੀਰ ਨਹੀਂ ਲੱਗਣੀ। ਫਿਰ ਜ਼ਿੰਦਗੀ ਚ ਕਿਸੇ ਚੀਜ਼ ਦੀ ਘਾਟ ਨਹੀਂ ਹੋਣੀ। ਫਿਰ ਜ਼ਿੰਦਗੀ ਚ ਕੋਈ ਦੁੱਖ ਨਹੀਂ ਹੋਣਾ। ਬਸ ਤੁਸੀਂ ਸ਼ੁਰੂਆਤ ਤਾਂ ਕਰੋ। ਘਰ ਦਾ ਇੱਕ ਮੁਖੀ ਕਿਹਾ ਜਾਂਦਾ ਜਿਹੜੀਆਂ ਘਰ ਦੀਆਂ ਬੀਬੀਆਂ ਹੁੰਦੀਆਂ ਨੇ ਨਾ ਉਹ ਘਰ ਦਾ ਮੋਢ ਹੁੰਦੀਆਂ ਨੇ। ਉਹਨਾਂ ਦੇ ਸਿਰ ਤੇ ਘਰ ਚੱਲਦਾ ਹੈ। ਫਿਰ ਕਿਉਂ ਨਾ ਇਹ ਆਪਾਂ ਨੂੰ ਇੰਨਾ ਵੱਡਾ ਜਿਹੜਾ ਆਪਾਂ ਨੂੰ ਮਾਣ ਹਾਸਲ ਆ ਬੀਬੀਆਂ ਨੂੰ ਵੀ ਘਰ ਦਾ ਮੁੱਢ ਹੁੰਦੀਆਂ ਨੇ ਇਹ ਘਰ ਨੂੰ ਸਵਰਗ ਬਣਾ ਸਕਦੀਆਂ ਨੇ ਤੇ ਜੇ ਆਪਾਂ ਹੀ ਇਹ ਪਹਿਲ ਸ਼ੁਰੂ ਕਰ ਲਈ ਜੇ ਆਪਾਂ ਵੰਡਣ ਦੀ ਪ੍ਰਤੀਤ ਸ਼ੁਰੂ ਕਰ ਦਈਏ ਜਵਾਕ ਆਪਾਂ ਨੂੰ ਵੇਖ ਕੇ ਵੰਡਣ ਦੀ ਪ੍ਰਤੀਤ ਸ਼ੁਰੂ ਕਰਨਗੇ ਜੇ ਆਪਾਂ ਆਪਣੀ ਜ਼ਿੰਮੇਵਾਰੀਆਂ ਨੂੰ ਬਖੂਬੀ ਨਿਭਾਣਾ ਸ਼ੁਰੂ ਕਰ ਦਈਏ ਉਹ ਵੀ ਨਿਭਾਉਣਗੇ ਜੇ ਆਪਾਂ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰ ਦਈਏ ਆਪਾਂ ਨੂੰ ਵੇਖ ਕੇ ਉਹ ਵੀ ਉੱਠਣਗੇ ਜੇ ਆਪਾਂ ਹਰ ਚੀਜ਼ ਨੂੰ ਚੰਗੇ ਢੰਗ ਨਾਲ ਸੋਚ ਵਿਚਾਰ ਕੇ ਅੱਗੇ ਤੱਕ ਲੈ ਕੇ ਜਾਈਏ ਉਹੀ ਦੇਖਣਗੇ ਵੀ ਮੰਮੀ ਨੇ ਤੇ ਐਵੇਂ ਕੀਤਾ ਸੀ ਮੈਂ ਵੀ ਐਵੇਂ ਕਰਨਾ ਜਦੋਂ ਆਪਾਂ ਆਪਣੀ ਹਰ ਇੱਕ ਚੀਜ਼ ਨੂੰ ਚੰਗੇ ਢੰਗ ਨਾਲ ਕਰਾਂਗੇ ਜਵਾਕ ਉੱਥੋਂ ਹੀ ਸਿੱਖਣਗੇ ਜਦੋਂ ਜਵਾਕ ਵੇਖਣਗੇ ਵੀ ਮਾਤਾ ਰੋਜ਼ ਗੁਰੂ ਘਰ ਜਾਂਦੀ ਹੈ ਜਾ ਕੇ ਮੱਥਾ ਟੇਕ ਕੇ ਕਥਾ ਕੀਰਤਨ ਸੁਣਦੀ ਹੈ ਉੱਥੋਂ ਜੋ ਸਿੱਖ ਕੇ ਆਈ ਉਹ ਘਰ ਆ ਕੇ ਵੀ ਸ਼ਬਦ ਬੋਲਦੀ ਪਈਏ ਉਹ ਸ਼ਬਦ ਨੂੰ ਸਿੱਖ ਕੇ ਜ਼ਿੰਦਗੀ 'ਚ ਵੀ ਸ਼ਾਮਿਲ ਕਰਦੀ ਪਈਏ ਜਵਾਕ ਆਪੀ ਕਰਨਗੇ ਉਹ ਵੀ ਫਿਰ ਉਸੇ ਰਸਤੇ ਚੱਲਣਗੇ ਜਦੋਂ ਆਪਾਂ ਆਪਣੇ ਵਿੱਚ ਗੁਣ ਭਰਿਆ ਆਪਣੇ ਚਰਿੱਤਰ ਨੂੰ ਉੱਚਾ ਚੁੱਕਿਆ ਗੁਣਾ ਦੇ ਧਾਰਨੀ ਹੋ ਕੇ ਉਹ ਗੁਣ ਅੱਗੇ ਵੰਡਿਆ ਤੇ ਆਪਣੀ ਘਰ ਫਿਰ ਦੁੱਖ ਆਉਣਗੇ ਕਿੱਥੋਂ ਜਦੋਂ ਆਲਸ ਹੀ ਨਹੀਂ ਹੈਗਾ ਹਰ ਸਮੇ ਉਦਮ ਕਰਕੇ ਕੰਮ ਕੀਤਾ ਗਰੀਬੀ ਕਿੱਥੋਂ ਆਵੇਗੀ ਹਰ ਜੀ ਸੋਚ ਵਿਚਾਰ ਕੇ ਕਦਮ ਰੱਖਦਾ ਫਿਰ ਘਾਟੇ ਕਿੱਥੋਂ ਆਉਣਗੇ ਫਿਰ ਆਪੇ ਹੀ ਸਾਰਾ ਕੁਝ ਘਰ ਵਧੀਆ ਹੋਵੇਗਾ ਇਸ ਕਰਕੇ ਬੀਬੀਆਂ ਅੱਗੇ ਹੱਥ ਜੋੜ ਕੇ ਬੇਨਤੀ ਵੀ ਆਪਾਂ ਹੀ ਉਦਮ ਕਰੀਏ ਤੇ ਆਪਣੇ ਘਰ ਨੂੰ ਸਵਰਗ ਬਣਾਈਏ ਘਰ ਦਾ ਇੱਕ ਜੀ ਕੋਈ ਵੀ ਇਹ ਮੁਹਿੰਮ ਸ਼ੁਰੂ ਕਰ ਦੋ ਤੁਹਾਡੇ ਘਰ ਕਿਸੇ ਚੀਜ਼ ਦੀ ਘਾਟ ਨਹੀਂ ਰਹੇਗੀ ਪਰਮਾਤਮਾ ਆਪ ਤੁਹਾਡੇ ਉੱਤੇ ਮਿਹਰ ਭਰਿਆ ਹੱਥ ਰੱਖਣਗੇ